स्वागत इमारत साजी वेख रहे सारे दर्शकों का बहुत बहुत स्वागत करते हाँ। मैं हाँ कमलप्रीत कौर जी, मैं हाँ गगनदीप सोंदी। वैसे इमारतों की गल असी हर बार करते हैं और इमारतं भी कई किस्म दी होंदियां ने, और तुसी देख लो जदों असी इमारतों की गल करते हैं ना, कहिंदे आ वी अपना समान होवे ठीक है, अपना मकान होवे उस मकान च दुकान होवे। असी कल्ली मकाना की गल नहीं करते, असी दुकाना की गल भी करते हैं क्योंकि असी जदों व्यापारक इमारतों की गल करते हैं, जदों असी सनती इमारतों की गल करते हैं तो सानू सोचना चाहिए भी वह किस तरीके बनदियां ने, उन्होंने डिजाइन किदा होंगे आ, देख देख के वैसे बंदा हैरान ही होंदा रहिंदा। बिल्कुल हैरान होंदा, आपां पहला सोचते होंगे सी कि जिहड़ियां इमारतां घर दियां हैगियां उन्होंने ही डिजाइन देना या आर्कीटेक्ट तो जिहड़ी हैगी आ उह सलाह लैणी ज़्यादा जरूरी समझी जाती सी, पर अज दे समें दे विच जिहड़ियां साडियां फैक्ट्रियां ने सनती जिहड़े साडे जिथे काम हुंदा है कामकार हुंदे ने मशीनां चलदियां ने ਉਹਨਾਂ ਨੂੰ ਵੀ ਡਿਜ਼ਾਈਨ ਦੇਣਾ ਬਹੁਤ ਹੀ ਮਹੱਤਵਪੂਰਨ ਹੈ। ਅੱਜ ਦਾ ਵਿਸ਼ਾ ਇਹੀ ਰੱਖੋ। ਚਲੋ ਠੀਕ, ਅੱਜ ਦਾ ਵਿਸ਼ਾ ਵੀ ਆਪਾਂ ਦਰਸ਼ਕਾਂ ਦੇ ਲਈ ਇਹੀ ਰੱਖਦੇ ਹਾਂ, ਸਨਅਤੀ ਇਮਾਰਤਾਂ ਦੇ ਡਿਜ਼ਾਈਨ ਦੀ ਸਹੀ ਚੋਣ। ਜੀ, ਸਾਡੇ ਫੋਨ ਨੰਬਰ ਨੇ 0812-281-4261-4264, ਦੋਨੋਂ ਲਾਈਨਸ ਤੁਹਾਡੇ ਲਈ ਖੁੱਲ੍ਹੀਆਂ ਹੋਈਆਂ ਨੇ। ਔਰ ਸਨਅਤੀ ਜਿਹੜੇ ਹੈਗੇ ਆ ਉਹਨਾਂ ਦੇ ਲਈ ਡਿਜ਼ਾਈਨ ਦੇ ਬਾਰੇ ਜੇਕਰ ਤੁਸੀਂ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਸਾਡੇ ਖਾਸ ਮਹਿਮਾਨ ਪਹੁੰਚ ਗਏ ਨੇ। ਮੈਂ ਕਿਹਾ ਜੀ ਇਸ ਵਿਸ਼ੇ ਗੰਭੀਰ ਵਿਸ਼ਾ, ਹਾਂ, ਔਰ ਇਹਦੇ ਬਾਰੇ ਆਪਾਂ ਨੂੰ ਜਿਹੜੇ ਬਿਲਕੁਲ ਮੈਂ ਤੁਹਾਨੂੰ ਸੁਜੈਸਟ ਕਰਾਂ ਰਜਿੰਦਰ ਰਿਸ਼ੀ ਜੀ ਨੂੰ ਬੁਲਾ ਲਓ। ਹਾਂ ਬਿਲਕੁਲ, ਮੈਂ ਤਾਂ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਬੁਲਾ ਲਿਆ ਅਤੇ ਆਓ ਫਿਰ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਕਰਦੇ ਹਾਂ ਇੰਜੀਨੀਅਰ ਰਜਿੰਦਰ ਰਿਸ਼ੀ ਜੀ ਤੁਹਾਡਾ ਜੀ। ਔਰ ਗੱਲਬਾਤ ਦਾ ਸਿਲਸਿਲਾ ਅਸੀਂ ਸ਼ੁਰੂ ਕਰਦੇ ਹਾਂ ਅੱਜ, ਅਸੀਂ ਖਾਸ ਕਰਕੇ ਇੰਡਸਟਰੀ ਸਨਅਤੀ ਇਮਾਰਤਾਂ ਦੇ ਲਈ ਜਿਹੜਾ ਹੈਗਾ ਇਹਦਾ ਵਿਸ਼ਾ ਰੱਖਿਆ ਹੈ ਜੀ। ਕਹਿੰਦੇ ਨੇ ਕਿ ਘਰ ਨੂੰ ਆਪਾਂ ਬੜਾ ਖੂਬਸੂਰਤ ਬਣਾ ਲੈਂਦੇ ਹਾਂ, ਆਹ ਚੀਜ਼ ਇੱਥੇ ਰੱਖਣੀ, ਆਹ ਚੀਜ਼ ਇੱਥੇ ਰੱਖਣੀ, ਕਿੰਨੀ ਕੁ ਜ਼ਿਆਦਾ ਜ਼ਰੂਰਤ ਹੈ ਸਾਡੇ ਸਨਅਤੀ ਇਮਾਰਤਾਂ ਦੇ ਲਈ ਵੀ ਡਿਜ਼ਾਈਨ ਦਾ ਹੋਣਾ, ਔਰ ਕਿੰਨਾ ਕੁ ਫਰਕ ਹੁੰਦਾ ਹੈ ਘਰੇਲੂ ਇਮਾਰਤਾਂ ਅਤੇ ਸਨਅਤੀ ਇਮਾਰਤਾਂ ਦਾ। ਬਹੁਤ ਅੱਛਾ ਵਿਸ਼ਾ, ਮੁਬਾਰਕਬਾਦ ਤੁਹਾਨੂੰ ਇਸ ਵਿਸ਼ਾ ਚੁਣਨ ਲਈ। ਸ਼ੁਕਰੀਆ। ਘਰਾਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਜਦੋਂ ਡਿਜ਼ਾਈਨ ਕਰਦੇ ਹਾਂ ਤਾਂ ਤੁਸੀਂ ਦੇਖਦੇ ਹੋ ਕਿ ਉਹਦੇ ਵਿੱਚ ਸਿਰਫ ਅਸੀਂ ਰਹਿਣਾ ਹੁੰਦਾ, ਉਹਦੇ ਹਿਸਾਬ ਨਾਲ ਅਸੀਂ ਆਪਣੀਆਂ ਜਿਹੜੀਆਂ ਸਾਨੂੰ ਸਹੂਲਤਾਂ ਨੇ ਉਹ ਸਭ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਾਂ ਡਿਜ਼ਾਈਨ ਦੇ ਵਿੱਚ। ਹਾਂਜੀ, ਇਸੇ ਤਰੀਕੇ ਨਾਲ ਹੀ ਜਿਹੜਾ ਸਾਡਾ ਸਨਅਤੀ ਜਦੋਂ ਅਸੀਂ ਕੋਈ ਵੀ ਇਮਾਰਤ ਬਣਾਉਂਦੇ ਹਾਂ ਉਹਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਅਲੱਗ ਨੇ ਘਰ ਨਾਲੋਂ ਜੀ, ਕਿਉਂਕਿ ਜਿਹੜੀ ਸਨਅਤੀ ਇਮਾਰਤ ਜਦੋਂ ਵੀ ਤੁਸੀਂ ਬਣਾਉਂਦੇ ਹੋ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬੜੀ ਹੈਵੀ ਪਲਾਂਟ ਐਂਡ ਮਸ਼ੀਨਰੀ ਦੀ ਵੀ ਲੋੜ ਪੈ ਸਕਦੀ ਹੈ ਜੀ, ਪ੍ਰੋਡਕਸ਼ਨ ਦੀ ਜਿਹੜੀ ਅਲੱਗ ਅਲੱਗ ਜਿਹੜੀਆਂ ਤੁਹਾਡੀਆਂ ਸਨਅਤਾਂ ਨੇ ਉਹਦੇ 'ਚ ਅਲੱਗ ਅਲੱਗ ਪ੍ਰੋਡਕਸ਼ਨ ਵਾਸਤੇ ਅਲੱਗ ਅਲੱਗ ਤਰ੍ਹਾਂ ਦੇ ਇਕੁਇਪਮੈਂਟ ਲੱਗਣੇ ਨੇ ਹਾਂਜੀ, ਉਹ ਸਾਰਾ ਚੀਜ਼ਾਂ ਧਿਆਨ 'ਚ ਰੱਖਦਿਆਂ ਹੋਇਆਂ ਜਿਹੜੀ ਸਨਅਤੀ ਇਮਾਰਤ ਹੈ ਉਸਦਾ ਜਿਹੜਾ ਡਿਜ਼ਾਈਨ ਆ ਉਹ ਬਹੁਤ ਹੀ ਮਹੱਤਵਪੂਰਨ ਆ ਜੀ। ਤੁਸੀਂ ਆਮ ਤੌਰ 'ਤੇ ਦੇਖਿਆ ਹੋਣਾ ਕਿ ਕਈ ਵਾਰੀ ਸਾਡੇ ਜਿਹੜੀਆਂ ਫੈਕਟਰੀਆਂ ਬਣੀਆਂ ਨੇ ਜਾਂ ਸਨਅਤੀ ਇਮਾਰਤਾਂ ਪੁਰਾਣੀਆਂ ਬਣੀਆਂ ਨੇ ਉਹ ਜਿੱਥੇ ਕਿਤੇ ਜ਼ਮੀਨ ਮਿਲੀ ਉੱਥੇ ਉਹਨਾਂ ਨੇ ਖੜਾ ਕਰ ਲਿਆ ਉਹਨੂੰ, ਅਤੇ ਬਾਅਦ ਦੇ ਵਿੱਚ ਜਦੋਂ ਉਹ ਇੰਨੀਆਂ ਦਿੱਕਤਾਂ ਆਉਂਦੀਆਂ ਨੇ ਉਹਨਾਂ ਨੂੰ ਵੀ ਔਰ ਬਾਕੀ ਜਿਹੜੇ ਲੋਕ ਨੇ ਉਹਨਾਂ ਨੂੰ ਵੀ, ਸਾਰਿਆਂ ਨੂੰ। ਇਸ ਕਰਕੇ ਜਦੋਂ ਵੀ ਤੁਸੀਂ ਕੋਈ ਸਨਅਤੀ ਇਮਾਰਤ ਸ਼ੁਰੂ ਕਰਨੀ ਆ ਜੀ ਅਤੇ ਆਪਣੇ ਦਿਮਾਗ ਦੇ ਵਿੱਚ ਇਹ ਚੀਜ਼ ਮੰਨ ਕੇ ਚੱਲੋ ਕਿ ਉਸਨੂੰ ਲੰਬੇ ਸਮੇਂ ਵਾਸਤੇ ਅਸੀਂ ਬਣਾਉਣਾ ਵਾ ਔਰ ਉਹਦਾ ਡਿਜ਼ਾਈਨ ਜਿਹੜਾ ਹੈ ਉਹ ਸਹੀ ਢੰਗ ਨਾਲ ਉਹਦਾ ਜਿਹੜਾ ਕਰਨਾ ਅਸੀਂ, ਉਹ ਡਿਜ਼ਾਈਨ ਦੇ ਵਿੱਚ ਸਭ ਤੋਂ ਪਹਿਲਾਂ ਹੈ ਕਿ ਸਹੀ ਜਗ੍ਹਾ ਦੀ ਚੋਣ ਕਰਨੀ ਜੀ ਜੀ, ਔਰ ਸਨਅਤੀ ਇਮਾਰਤ ਕਿਉਂਕਿ ਜਦੋਂ ਤੁਸੀਂ ਸਨਅਤੀ ਬਿਲਡਿੰਗ ਬਣਾਉਂਦੇ ਹੋ ਤੇ ਉਹਦੇ ਵਿੱਚ ਪ੍ਰੋਡਕਸ਼ਨ ਹੁੰਦੀ ਹੈ, ਪ੍ਰੋਡਕਸ਼ਨ ਹੁੰਦੀ ਹੈ ਉਹਦੇ ਵਿੱਚ ਵੱਡੀਆਂ ਹੈਵੀ ਮਸ਼ੀਨਰੀ ਚੱਲੇਗੀ ਫਿਰ ਉਹਦੀ ਪੋਲਿਊਸ਼ਨ ਹੋਏਗੀ ਉਹ ਚੀਜ਼ਾਂ ਜਿਸ ਤਰ੍ਹਾਂ ਇਹ ਦੇਖੋ ਇਹ ਪੁਰਾਣੀਆਂ ਜਿਸ ਤਰ੍ਹਾਂ ਸਾਡੀਆਂ ਬਿਲਡਿੰਗਸ ਸੀਗੀਆਂ ਪੁਰਾਣੇ ਸਮੇਂ 'ਚ ਕੀ ਹੁੰਦਾ ਸੀ ਉਹ ਦੇਖਿਆ ਕਿ ਇਸ ਤਰ੍ਹਾਂ ਸੜਕ ਦੇ ਉੱਤੇ ਹੀ ਸਾਰੀਆਂ ਦੀਵਾਰਾਂ ਬਣ ਗਈਆਂ ਔਰ ਇਹਦੇ ਅੰਦਰ ਇੰਡਸਟਰੀ ਚੱਲ ਰਹੀ ਹੈ, ਇਹ ਪੁਰਾਣੀਆਂ ਬਿਲਡਿੰਗਸ ਨੇ ਸਾਰੀਆਂ, ਪਰ ਇਹ ਠੀਕ ਨਹੀਂ ਹੈ ਠੀਕ। ਦੇਖੋ ਇਸ ਤਰ੍ਹਾਂ ਕਿ ਬਿਲਕੁਲ ਸੜਕ ਦੇ ਉੱਤੇ ਕੋਈ ਜਗ੍ਹਾ ਖਾਲੀ ਨਹੀਂ ਛੱਡੀ ਗਈ ਉਹਦੇ ਵਿੱਚ ਅੰਦਰ ਉਹਦੇ ਨਾਲ ਹੀ ਬਿਲਕੁਲ ਸੜਕ 'ਤੇ ਹੀ ਜਿਹੜੀ ਉਹ ਦੀਵਾਰ ਕਰਤੀ ਔਰ ਬਣ ਗਿਆ ਉਹਦੇ ਅੰਦਰ ਉਹਨਾਂ ਨੇ ਫੈਕਟਰੀ ਸ਼ੁਰੂ ਕਰ ਦਿੱਤੀ ਜੀ। ਜਦੋਂ ਕਿਉਂਕਿ ਇਹਦੇ ਵਿੱਚ ਕਈ ਤਰ੍ਹਾਂ ਦੇ ਤੁਹਾਡੇ ਕੈਮੀਕਲਸ ਕਈ ਚੀਜ਼ਾਂ ਯੂਜ਼ ਹੋਣੀਆਂ ਨੇ ਜਿਹੜੀਆਂ ਕਿ ਪੋਲਿਊਸ਼ਨ ਕ੍ਰੀਏਟ ਕਰ ਸਕਦੀਆਂ ਨੇ, ਔਰ ਇਸ ਕਰਕੇ ਜਦੋਂ ਵੀ ਤੁਸੀਂ ਸਨਅਤੀ ਬਿਲਡਿੰਗ ਬਣਾਉਣੀ ਹੈ ਸਭ ਤੋਂ ਪਹਿਲਾਂ ਤਾਂ ਉਸ ਏਰੀਏ ਨੂੰ ਚੂਜ਼ ਕਰੋ ਜਿਹੜਾ ਕਿ ਗੌਰਮੈਂਟ ਨੇ ਅਲੱਗ ਅਲੱਗ ਮਿਊਂਸਪਲ ਅਥਾਰਟੀਜ਼ ਨੇ ਜਿਹੜਾ ਕਿ ਉਹਦੇ ਵਾਸਤੇ ਰੱਖਿਆ ਕਿ ਇੱਥੇ ਤੁਸੀਂ ਸਨਅਤੀ ਅਦਾਰੇ ਜਿਹੜੇ ਉਹ ਲਗਾਓ, ਸਭ ਤੋਂ ਪਹਿਲਾਂ ਤਾਂ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ, ਜਿਹੜੇ ਰੈਜੀਡੈਂਸ਼ੀਅਲ ਏਰੀਆਜ਼ ਨੇ ਉਹਦੇ ਵਿੱਚ ਉਹ ਨਹੀਂ ਲਗਾਉਣਾ ਚਾਹੀਦਾ ਠੀਕ ਹੈ। ਦੂਸਰਾ ਹੈਗਾ ਉਸ ਤੋਂ ਬਾਅਦ ਆ ਗਿਆ ਜਗ੍ਹਾ ਲੈ ਲਈ, ਜਗ੍ਹਾ ਲੈ ਕੇ ਤੁਸੀਂ ਉਹਦਾ ਡਿਜ਼ਾਈਨ ਜਿਹੜਾ ਪਾਰਟ ਆ ਉਹ ਬਹੁਤ ਹੀ ਮਹੱਤਵਪੂਰਨ ਆ ਜੀ, ਉਹ ਉਹਨੂੰ ਲੰਬੇ ਸਮੇਂ ਦੀ ਸੋਚ ਨੂੰ ਧਿਆਨ 'ਚ ਰੱਖਦਿਆਂ ਹੋਇਆ ਉਹਨੂੰ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਤੁਸੀਂ ਕਿਸ ਤਰ੍ਹਾਂ ਦੀ ਇੰਡਸਟਰੀ ਲਗਾਉਣੀ ਹੈ, ਤੁਸੀਂ ਪੋਲਿਊਸ਼ਨ ਫਰੀ ਇੰਡਸਟਰੀ ਲਗਾਉਣੀ ਹੈ, ਗ੍ਰੀਨ ਇੰਡਸਟਰੀ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਦੇ ਵਿੱਚ ਜਿਸ ਤਰ੍ਹਾਂ ਕੰਪਿਊਟਰ ਸੋਫਟਵੇਅਰਸ ਨੇ ਹੋਰ ਚੀਜ਼ਾਂ ਬਣਦੀਆਂ ਨੇ ਕਈ ਚੀਜ਼ਾਂ ਦੇ ਤਰ੍ਹਾਂ ਦੀ ਇੰਡਸਟਰੀ ਹੈ, ਜਾਂ ਤੁਸੀਂ ਉਹ ਸਨਅਤ ਲਗਾਉਣੀ ਹੈ ਜਿਹਦੇ ਵਿੱਚ ਹੈਵੀ ਮਸ਼ੀਨਰੀ ਯੂਜ਼ ਹੋਣੀ ਹੈ, ਜਾਂ ਉਹਦੇ ਵਿੱਚ ਕਿਸ ਤਰ੍ਹਾਂ ਦਾ ਤੁਸੀਂ ਪ੍ਰੋਡਕਟ ਜਿਹੜਾ ਉਹਨੂੰ ਬਣਾਉਣਾ ਸ਼ੁਰੂ ਕਰਨਾ,
ਉਸ ਦੇ ਹਿਸਾਬ ਨਾਲ ਤੁਸੀਂ ਆਪਣੀ ਜਿਹੜੀ ਬਿਲਡਿੰਗ ਆ ਉਹਨੂੰ ਡਿਜ਼ਾਈਨ ਕਰ। ਇਹਦੇ ਲਈ ਸਰਕਾਰ ਤੋਂ ਮਨਜ਼ੂਰੀ ਵੀ ਲੈਣੀ ਪੈਂਦੀ ਕਿ ਆਪੇ ਬੰਦਾ ਲਾ ਸਕਦਾ? ਬਿਲਕੁਲ ਜੀ, ਬਹੁਤ ਹੀ ਮਹੱਤਵਪੂਰਨ ਆ। ਸਰਕਾਰ ਦੀ ਮਨਜ਼ੂਰੀ ਤੋਂ ਬਗੈਰ ਤੁਸੀਂ ਕੋਈ ਵੀ ਇੰਡਸਟਰੀ ਜਿਹੜੀ ਉਹ ਨਹੀਂ ਲਗਾ ਸਕਦੇ। ਪਹਿਲਾਂ ਜਿਹੜੀਆਂ ਵਾਇਓਲੇਸ਼ਨਸ ਹੋ ਗਈਆਂ ਸਾਡੇ ਪਿਛਲੇ ਸਮੇਂ ਦੇ ਵਿੱਚ, ਉਹ ਤੁਸੀਂ ਦੇਖਿਆ ਕਿ ਅੱਜ ਤੱਕ ਉਹਨੂੰ ਭੁਗਤ ਰਹੇ ਹਾਂ। ਬਿਲਕੁਲ, ਉਹਦੇ ਵਿੱਚ ਸਾਰੇ ਡਿਪਾਰਟਮੈਂਟ ਜਿਹੜੇ ਸਰਕਾਰ ਦੇ ਨੇ, ਕਿ ਉਹ ਪੋਲਿਊਸ਼ਨ ਕੰਟਰੋਲ ਬੋਰਡ ਡਿਪਾਰਟਮੈਂਟ ਹੋਵੇ, ਚਾਹੇ ਉਹ ਤੁਹਾਡਾ ਇੰਡਸਟਰੀ ਡਿਪਾਰਟਮੈਂਟ ਹੋਵੇ, ਜਿਹੜੇ ਜਿਹੜੇ ਚੀਜ਼ਾਂ ਤੁਹਾਡੀ ਇੰਡਸਟਰੀ ਲੱਗਣ ਦੇ ਨਾਲ ਪ੍ਰਭਾਵਿਤ ਹੋਣੀਆਂ ਨੇ, ਉਹਨਾਂ ਸਾਰੇ ਡਿਪਾਰਟਮੈਂਟਸ ਦੀ ਪਹਿਲਾਂ ਅਪਰੂਵਲ ਲੈਣੀ ਬਹੁਤ ਜ਼ਰੂਰੀ ਆ। ਔਰ ਉਸ ਤੋਂ ਬਾਅਦ ਜੋ ਵੀ ਤੁਸੀਂ ਪਲਾਨਿੰਗ ਕਰਦੇ ਹੋ, ਜਿਸ ਤਰ੍ਹਾਂ ਇਹ ਦੇਖੋ ਇੱਕ ਇੰਡਸਟਰੀ ਬਣੀ ਆ, ਬੜੀ ਬਿਊਟੀਫੁਲ ਇੰਡਸਟਰੀ ਬਣੀ ਆ, ਇਸ 'ਤੇ ਵੀ ਆਵਾਂਗੇ ਕਿ ਜਦੋਂ ਅਸੀਂ ਡਿਜ਼ਾਈਨ ਪਾਰਟ ਆ, ਇਹ ਡਿਜ਼ਾਈਨ ਦੀ ਗੱਲ ਕਰ ਰਹੇ ਹਾਂ ਨਾ, ਦੇਖੋ ਹੈ ਕਹਿਣ ਨੂੰ ਇਹ ਵੀ ਇੰਡਸਟਰੀ ਆ, ਪਰ ਕਿੰਨੀ ਇਹ ਖੂਬਸੂਰਤ ਬਣੀ ਆ। ਔਰ ਜਦੋਂ ਤੁਸੀਂ ਡਿਜ਼ਾਈਨ ਕਰਨਾ, ਇਹ ਵੀ ਚੀਜ਼ਾਂ ਦਾ ਧਿਆਨ ਰੱਖਣਾ, ਇੱਕ ਤਾਂ ਉਹਦੀ ਮਜ਼ਬੂਤੀ ਦਾ ਤਾਂ ਤੁਸੀਂ ਧਿਆਨ ਰੱਖਣਾ ਹੀ ਆ, ਫਾਊਂਡੇਸ਼ਨ ਤੋਂ ਹੀ ਸਟਾਰਟ ਕਰਨਾ, ਕਿਉਂਕਿ ਜੇ ਹੈਵੀ ਮਸ਼ੀਨਾਂ ਚੱਲਣੀਆਂ ਨੇ, ਉਹਦੀ ਧਮਕ ਪੈਣੀ ਆ, ਉਹਦੀ ਵਾਈਬ੍ਰੇਸ਼ਨਸ ਹੋਣੀਆਂ ਨੇ, ਜੇ ਤੁਸੀਂ ਉਹਦੀ ਜਿਹੜੀ ਮੀਂਹ ਹੈ ਉਸ ਹਿਸਾਬ ਨਾਲ ਪਲਾਨ ਨਹੀਂ ਕਰੋਗੇ, ਤਾਂ ਉਹ ਲੇਟਰ ਸਟੇਜ 'ਤੇ ਜਦੋਂ ਮਸ਼ੀਨਾਂ ਚੱਲਣਗੀਆਂ ਉਹਦੇ 'ਚ ਕ੍ਰੈਕਸ ਆਉਣਗੇ, ਕ੍ਰੈਕਸ ਆਉਣਗੇ ਅਤੇ ਉਹਦੀ ਸੇਫਟੀ ਜਿਹੜੀ ਵਰਕਰਸ ਦੀ ਉਹ ਖਤਰੇ 'ਚ ਪਏਗੀ। ਔਰ ਉਹ ਚੀਜ਼ਾਂ ਦਾ ਧਿਆਨ ਤਾਂ ਤੁਸੀਂ ਰੱਖਣਾ ਹੀ ਹੈ ਕਿ ਇੱਕ ਅੱਛੇ ਸਟਰਕਚਰ ਇੰਜੀਨੀਅਰ ਤੋਂ ਤੁਸੀਂ ਉਹਨੂੰ ਡਿਜ਼ਾਈਨ ਕਰਾਓ। ਔਰ ਕੋਸ਼ਿਸ਼ ਕਰਨਾ ਚਾਹੀਦਾ ਕਿ ਸਨਅਤੀ ਇਮਾਰਤ ਜਿਹੜੀ ਹੈਗੀ ਆ ਉਹਨੂੰ ਪਿਲਰਸ ਦੇ ਉੱਤੇ, ਜਿਹਨੂੰ ਅਸੀਂ ਫਰੇਮ ਸਟਰਕਚਰ ਕਹਿੰਦੇ ਹਾਂ, ਇਹ ਦੇਖੋ ਬਿਲਡਿੰਗ ਬਣੀ ਹੈ ਸਾਡੇ ਸਾਹਮਣੇ, ਸ਼ੈਡਸ ਬਣੇ ਨੇ ਔਰ ਸ਼ੈਡਸ ਦੇ ਦੋਨਾਂ ਪਾਸੇ ਬਹੁਤ ਵਧੀਆ ਜਗ੍ਹਾ ਛੱਡੀ ਗਈ ਆ, ਤਾਂ ਕਿ ਕੱਲ੍ਹ ਨੂੰ ਐਮਰਜੈਂਸੀ ਕੇਸ ਦੇ ਵਿੱਚ ਸਾਰੇ ਪਾਸੇ ਮੂਵਮੈਂਟ ਜਿਹੜੀ ਫਰੀ ਹੈ। ਔਰ ਇਹਦੀ ਜਿਹੜੀ ਅਸਥੈਟਿਕ ਜਿਹਨੂੰ ਅਸੀਂ ਕਲਰ ਸਕੀਮ ਕਹਿੰਦੇ ਹਾਂ, ਉਹ ਵੀ ਬੜੀ ਬਿਊਟੀਫੁਲ ਕੀਤੀ ਹੈ, ਕਿਉਂਕਿ ਹਜ਼ਾਰਾਂ ਵਰਕਰ ਸਾਡੇ ਕੋਲ ਕੰਮ ਕਰਨ ਆਉਂਦੇ ਨੇ ਘਰੋਂ, ਅਤੇ ਬਿਲਡਿੰਗ ਦੀ ਜਿਹੜੀ ਆ ਇਹ ਵੀ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨੂੰ ਅਸਥੈਟਿਕ ਇੱਦਾਂ ਦਾ ਅੱਛਾ ਬਣਾਓ ਕਿ ਜਦੋਂ ਵਰਕਰ ਤੁਹਾਡੀ ਫੈਕਟਰੀ 'ਚ ਉਹਨੂੰ ਦੇਖੇ ਆਉਂਦੇ ਸਵੇਰੇ, ਅਤੇ ਉਹਦਾ ਮਨ ਖੁਸ਼ ਕਿ ਮੈਂ ਜਿਹੜੀ ਕੰਮ ਕਰਨ ਦੀ ਜਗ੍ਹਾ 'ਤੇ ਆਇਆ ਉਹ ਕਿੰਨੀ ਖੂਬਸੂਰਤ ਆ, ਉਹਦੇ ਮਨ 'ਚ ਇੱਕ ਪਹਿਲਾਂ ਇਹ ਖੁਸ਼ੀ ਜ਼ਰੂਰ ਆਉਣੀ ਚਾਹੀਦੀ, ਇਹ ਨਾ ਆਉਂਦੇ ਹੀ ਅੱਖਾਂ 'ਚ ਪਾਣੀ ਆ ਜਾਵੇ। ਔਰ ਮੈਂ ਇਹ ਦੇਖਿਆ ਇੱਕ ਦੋ ਜਗ੍ਹਾ 'ਤੇ, ਮੈਨੂੰ ਫੈਕਟਰੀ ਦੇ ਅੰਦਰ ਜਾਣ ਦਾ ਮੌਕਾ ਮਿਲਿਆ, ਤੁਸੀਂ ਦੇਖਣਾ ਕਿ ਅੰਦਰ ਜਾਂਦਿਆਂ ਹੀ ਉਹਦੇ ਗੇਟ ਲਟਕ ਰਹੇ ਨੇ, ਅੰਦਰ ਜਾਓਗੇ ਤੇ ਹਨੇਰਾ, ਉਹਦੀ ਛੱਤ ਵੱਲ ਮੈਂ ਝਾਤੀ ਮਾਰੀ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇਹਨਾਂ ਦੇ ਜਿਹੜੇ ਗਾਰਡਰਸ ਦੇ ਉੱਪਰ ਛੱਤ ਹੈਗੀ ਹੈ, ਇਹਨਾਂ ਨੂੰ ਤੁਸੀਂ ਘੱਟੋ ਘੱਟ ਮੈਨੂੰ ਲੱਗਦਾ 20 ਸਾਲ ਤੋਂ ਕਦੀ ਰੰਗ ਨਹੀਂ ਕਰਾਇਆ, ਹਨੇਰਾ ਬਿਲਕੁਲ। ਔਰ ਤੁਸੀਂ ਦੇਖੋ ਐਸੀ ਇਨਵਾਇਰਮੈਂਟ ਦੇ ਵਿੱਚ ਤੁਹਾਡਾ ਵਰਕਰ ਕੰਮ ਕਰੇਗਾ ਤੇ ਉਹ ਬਿਮਾਰ ਨਹੀਂ ਹੋਏਗਾ, ਬੰਦਾ ਤਾਂ ਜਾਂਦਾ ਜਾਂਦਾ ਰਿਸੈਪਸ਼ਨ ਟੋਲਦਾ ਟੋਲਦਾ ਮਾਲਕ ਦੇ ਕਮਰੇ 'ਚ ਇਲ ਪਲੈਨਿੰਗ ਕਰਕੇ। ਜੀ ਜੀ ਜੀ, ਕਹਿਣ ਦਾ ਮਤਲਬ ਇਹ ਆ ਕਿ ਜਦੋਂ ਤੁਸੀਂ ਬਿਲਡਿੰਗ ਇਮਾਰਤ ਜਿਹੜੀ ਆਪਣੀ ਸਨਅਤੀ ਇਮਾਰਤ ਬਣਾਉਣੀ ਆ, ਇਹ ਸਾਰੀਆਂ ਚੀਜ਼ਾਂ ਧਿਆਨ ਰੱਖਣਾ ਕਿ ਜਦੋਂ ਇਮਾਰਤ ਬਣਾਉਣੀ ਆ ਉਹਦੀ ਸਟਰੈਂਥ ਦਾ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਉਹਦਾ ਫਰੇਮ ਸਟਰਕਚਰ ਦੇ ਉੱਤੇ ਬਣਾਉਣਾ, ਤੁਸੀਂ ਫਰੇਮ ਸਟਰਕਚਰ ਮਤਲਬ ਪਿਲਰਸ ਦੇ ਉੱਤੇ ਸਰੀਆ ਪਾ ਕੇ ਪਿਲਰਸ ਦੇ ਉੱਤੇ ਸਟਰਕਚਰ ਬਣਾਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਉਹਦੀ ਮਜ਼ਬੂਤੀ ਜ਼ਿਆਦਾ ਹੁੰਦੀ ਹੈ। ਔਰ ਕੱਲ੍ਹ ਨੂੰ ਤੁਸੀਂ ਜੇ ਹੈਵੀ ਮਸ਼ੀਨਾਂ ਲਗਾਉਂਦੇ ਵੀ ਹੋ, ਹਾਂਜੀ, ਅਤੇ ਉਹਦੀ ਵਾਈਬ੍ਰੇਸ਼ਨ ਜੇ ਹੁੰਦੀ ਆ, ਜਾਂ ਚਲੋ ਅਰਥਕਵੇਕ ਤੋਂ ਬਾਅਦ ਦੀ ਗੱਲ, ਉਹ ਤਾਂ ਸਾਰਿਆਂ ਵਾਸਤੇ ਅਰਥਕਵੇਕ ਤੋਂ ਬਚਾਅ ਕਰਦਾ ਹੀ ਕਰਦਾ, ਪਰ ਜਿਹੜੀਆਂ ਤੁਹਾਡੀਆਂ ਮਸ਼ੀਨਾਂ ਦੀਆਂ ਵਾਈਬ੍ਰੇਸ਼ਨਸ ਹੁੰਦੀਆਂ ਨੇ, ਵੱਡੇ ਵੱਡੇ ਜਦੋਂ ਬਦਾਨ ਜਿਹੜੇ ਹੈਗੇ ਆ ਲੋਹਾ ਚੱਲਦੇ ਨੇ, ਫਿਰ ਆਲੇ ਦੁਆਲੇ ਉਹ ਉਹਨੂੰ ਧਰਤੀ ਵੀ ਕੰਬਦੀ ਆ, ਜਾਂ ਸਾਨੂੰ ਜਿਹੜਾ ਆਮ ਲੋਕ ਪਰੇਸ਼ਾਨ ਹੁੰਦੇ ਆ। ਇੱਕ ਸਵਾਲ ਲੈ ਲਈਏ ਜੀ, ਹਾਂਜੀ ਹਾਂਜੀ ਜ਼ਰੂਰ ਆਓ ਜੀ। ਹਾਂਜੀ, ਬਹੁਤ ਸਵਾਗਤ ਹੈ ਜੀ। ਹੈਲੋ ਜੀ, ਬਿਹਾਲਾ ਸਿੰਘ ਹੁਸ਼ਿਆਰਪੁਰ ਤੋਂ ਬੋਲਦਾ ਆ ਜੀ, ਸਵਾਗਤ ਹੈ। ਤੇ ਜਿਸ ਤਰ੍ਹਾਂ ਘਰਾਂ ਦੇ ਵਿੱਚ ਜਿਹੜੀਆਂ ਛੱਤਾਂ ਆ 10-12 ਫੁੱਟ ਉੱਚੀਆਂ ਹੁੰਦੀਆਂ ਆ, ਤੇ ਇੰਡਸਟਰੀ ਦੇ ਵਿੱਚ ਕਾਫੀ ਜਿਹੜੇ ਵਿਅਕਤੀ ਆ ਉਹਨਾਂ ਦੀ ਆਉਣ ਜਾਣੀ ਹੁੰਦੀ ਆ, ਕਾਫੀ ਬੰਦੇ ਕੰਮ ਕਰਦੇ ਹੁੰਦੇ ਆ, ਗਰਮੀ ਸਰਦੀ ਦਾ ਧਿਆਨ ਰੱਖਣਾ ਚਾਹੀਦਾ ਆ, ਤੇ ਇੰਡਸਟਰੀ ਦੇ ਵਿੱਚ ਜਿਹੜੀਆਂ ਛੱਤਾਂ ਦੀ ਉਚਾਈ ਆ ਉਹ ਕਿੰਨੇ ਕੁ ਫੁੱਟ ਰੱਖੀ ਜਾਵੇ ਕਿ ਉਹ ਢੁਕਵੀਂ ਸਹੀ ਹੋਵੇ, ਜਿਹਦੇ ਨਾਲ ਪ੍ਰਦੂਸ਼ਣ ਦੀ ਸਮੱਸਿਆ ਜਾਂ ਹੋਰ ਜਿਹੜੀਆਂ ਸਮੱਸਿਆਵਾਂ ਆ ਉਹ ਹਵਾ ਪਾਣੀ ਦੀਆਂ ਉਹ ਠੀਕ ਰਹਿਣ। ਬਹੁਤ ਅੱਛਾ ਸਵਾਲ ਹੈ ਕਿ ਜਦੋਂ ਵੀ ਤੁਸੀਂ ਆਪਣੀ ਸਨਅਤ ਦੀ ਬਿਲਡਿੰਗ ਤਿਆਰ ਕਰਨੀ ਹੈ, ਜਿਸ ਤਰ੍ਹਾਂ ਮੈਂ ਦੱਸਿਆ ਕਿ ਜੇ ਤੁਸੀਂ ਉਹਦੇ ਵਿੱਚ ਐਸੇ ਪ੍ਰੋਡਕਸ਼ਨ ਕਰਨੀ ਹੈ ਜਿਹਦੀ ਹੈਵੀ ਇੰਡਸਟਰੀ ਜਿਹਨੂੰ ਕਹਿੰਦੇ ਹਾਂ ਅਸੀਂ, ਜਿਹਦੇ ਵਿੱਚ ਮਸ਼ੀਨਾਂ ਨੇ ਕੰਮ ਕਰਨਾ, ਉਹਦੀ ਹਾਈਟ ਜਿਹੜੀ ਆ, ਜਿਸ ਤਰ੍ਹਾਂ ਮਕਾਨਾਂ 'ਚ ਅਸੀਂ 10-11 ਫੁੱਟ ਰੱਖਦੇ ਹਾਂ, ਉਹਦੀ ਹਾਈਟ ਜਿਹੜੀ ਆ ਉਹ ਘੱਟੋ ਘੱਟ 20 ਫੁੱਟ ਤੋਂ ਮਤਲਬ ਆਸ ਪਾਸ ਜਾਂ ਉਸ ਤੋਂ ਵੀ ਜ਼ਿਆਦਾ ਰੱਖੀ ਜਾਣੀ ਚਾਹੀਦੀ ਹੈ। ਉਹਦਾ ਕਾਰਨ ਹੁੰਦੇ ਆ ਕਿ ਇੱਕ ਤਾਂ ਇਨਵਾਇਰਮੈਂਟ ਜਿਹੜੀ ਆ ਉਹ ਖੁੱਲ੍ਹੀ ਇਨਵਾਇਰਮੈਂਟ ਮਸ਼ੀਨਾਂ ਦੀ, ਕਿਉਂਕਿ ਹਾਈਟ ਵੀ ਜਿਹੜੀ ਆ ਕਈ ਵਾਰੀ 8-10-10-15-15 ਫੁੱਟ ਉੱਚੀਆਂ ਮਸ਼ੀਨਾਂ ਵੀ ਹੁੰਦੀਆਂ ਨੇ, ਮਸ਼ੀਨਾਂ ਨੂੰ ਵੀ ਇੰਸਟਾਲ ਕਰਨਾ। ਉਸ ਤੋਂ ਇਲਾਵਾ ਜਿਹੜਾ ਜਦੋਂ ਅੰਦਰ ਉਹਦੇ ਕੰਮ ਹੋਣਾ, ਉਹਦੀਆਂ ਜਿਹੜੀ ਸਾਊਂਡ ਆਵਾਜ਼ ਆਉਣੀ, ਜਦੋਂ ਮਸ਼ੀਨਾਂ ਚੱਲ ਰਹੀਆਂ ਨੇ ਜਾਂ ਵਰਕਰ ਕੰਮ ਕਰਦੇ ਨੇ, ਉਹਦੀ ਆਵਾਜ਼ ਜਿਹੜੀ ਆਉਣੀ ਆ, ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋ। ਪਲੱਸ ਜਦੋਂ ਕੰਮ ਕਰਦੇ ਹੋ ਅੰਦਰ ਉਹਦੇ ਹੀਟ ਪੈਦਾ ਹੋਣੀ ਆ, ਉਹ ਸਾਰੀ ਜਿਹੜੀ ਉਹ ਉੱਪਰ ਨੂੰ ਜਾਣ ਵਾਸਤੇ, ਇਹਦੀ ਜਿਹੜੀ ਹਾਈਟ ਆ ਉਹ ਬਹੁਤ ਵੱਡਾ ਇੱਕ ਫੈਕਟਰ ਹੈਗਾ। ਉਹ ਅਲੱਗ ਅਲੱਗ ਫੈਕਟਰੀ ਜਦੋਂ ਅਸੀਂ ਲਗਾਉਣੀ ਆ ਤੇ ਉਹਦੇ ਤੇ ਅਸੀਂ ਡਿਪੈਂਡ ਕਰਦਾ ਕਿ ਉਹਦੇ ਵਿੱਚ ਕਿਸ ਤਰ੍ਹਾਂ ਦੀ ਮਸ਼ੀਨ ਯੂਜ਼ ਕਰਨੀ ਆ,
ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਜਿਹੜੀ ਗੋਲਡ ਤੇ ਚਲੋ ਸ਼ੇਪ ਉਹਨੇ ਅਲੱਗ ਅਲੱਗ ਦਿੱਤੀ ਹੈ, ਉਸ ਤੋਂ ਬਾਅਦ ਤੁਸੀਂ ਦੇਖੋ ਕਿ ਇਹਦੇ ਉੱਪਰ ਟੌਪ ਦੇ ਉੱਤੇ ਤੁਸੀਂ ਦੇਖ ਰਹੇ ਹੋ ਕੁਛ ਦਿਖ ਰਹੇ ਤੁਹਾਨੂੰ, ਜਿਸ ਤਰ੍ਹਾਂ ਇਹ ਆਟੋਮੈਟਿਕ ਏਅਰ ਜਿਹੜੀ ਐਗਜ਼ੌਸਟ ਫੈਨਸ ਹੁੰਦੇ ਨੇ ਆਟੋਮੈਟਿਕ ਇਹ ਚੱਲਦੇ ਰਹਿੰਦੇ ਨੇ, ਜਦੋਂ ਤੁਸੀਂ ਮਤਲਬ ਗਰਮ ਹਵਾ ਉੱਪਰ ਜਾਂਦੀ ਹੈ ਉਸ ਗਰਮ ਹਵਾ ਦੇ ਨਾਲ ਇਹ ਆਟੋਮੈਟਿਕ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ ਔਰ ਉਹਨੂੰ ਫਰੈਸ਼ ਰੱਖਦੇ ਨੇ, ਸਾਰੇ ਜਿਹੜਾ ਅੰਦਰ ਤੁਹਾਡਾ ਇਨਵਾਇਰਮੈਂਟ ਉਹਨੂੰ ਫਰੈਸ਼ ਰੱਖਦੇ ਨੇ। ਔਰ ਇਹ ਹਾਈਟ ਜਿਹੜੀ ਇੱਕ ਬੜਾ ਵੱਡਾ ਔਰ ਇੰਪੋਰਟੈਂਟ ਫੈਕਟਰ ਹੈਗਾ ਇਹਦੇ ਵਿੱਚ, ਡਿਪੈਂਡ ਕਰ ਜਿਸ ਤਰ੍ਹਾਂ ਮੈਂ ਦੱਸਿਆ ਕਿ ਡਿਪੈਂਡ ਕਰਦਾ ਇੰਡਸਟਰੀ ਟੂ ਇੰਡਸਟਰੀ ਡਿਪੈਂਡ ਕਰਦਾ, 20 ਫੁੱਟ ਤੋਂ ਲੈ ਕੇ 25 ਫੁੱਟ ਤੱਕ ਵੀ ਜਾ ਸਕਦੇ ਹੋ ਔਰ ਉਹਦੇ ਵਿੱਚ ਜਿਹੜੀ ਓਵਰਆਲ ਇਨਵਾਇਰਮੈਂਟ ਆ ਉਹਦਾ ਧਿਆਨ ਰੱਖ ਕੇ ਰੱਖੀ ਜਾਂਦੀ ਹੈ ਜੀ। ਔਰ ਇੰਜੀਨੀਅਰ ਸਾਹਿਬ ਜਦੋਂ ਅਸੀਂ ਗੱਲ ਕਰਦੇ ਹਾਂ ਸਨਅਤੀ ਇਮਾਰਤਾਂ ਦੇ ਵਿੱਚ ਉਹਦੀ ਸੁਰੱਖਿਅਤਾ ਦੀ, ਕਿਉਂਕਿ ਜਿਹੜੇ ਸਾਡੇ ਕੋਲ ਕੰਮ ਕਰਨ ਦੇ ਲਈ ਆਏ ਹੋਏ ਨੇ ਚਾਹੇ ਉਹ ਲੋਅ ਕਲਾਸ ਦੇ ਹੋਣ ਚਾਹੇ ਉਹ ਮਿਡਲ ਕਲਾਸ ਦੇ ਹੋਣ, ਹਰ ਇੱਕ ਨੂੰ ਸੁਰੱਖਿਅਤਾ ਦਾ ਜਿਹੜਾ ਪੱਖ ਹੈਗਾ ਉਹ ਦੇਖਣਾ ਪਏਗਾ, ਹੈ ਨਾ। ਔਰ ਜਦੋਂ ਤੁਸੀਂ ਗੱਲ ਕੀਤੀ ਹੈ ਕਿ ਸਾਡੇ ਕੋਲ ਲਾਈਟ ਪ੍ਰੋਪਰ ਨਹੀਂ ਹੁੰਦੀ, ਛੱਤਾਂ ਜਿਹੜੀਆਂ ਹੈਗੀਆਂ ਉਹਦੀ ਚੰਗੀ ਤਰ੍ਹਾਂ ਰਿਪੇਅਰ ਨਹੀਂ ਹੋਈ ਹੁੰਦੀ, ਬੈਠਣ ਲਈ ਉਹਦੇ ਲਈ ਸੀਟ ਨਹੀਂ ਹੁੰਦੀ, ਹੈ ਨਾ, ਕਈ ਵਾਰ ਮਸ਼ੀਨਾਂ ਇੰਨਾ ਧੂੰਆਂ ਛੱਡਦੀਆਂ ਨੇ ਉਹਦੀ ਸਿਹਤ 'ਤੇ ਵੀ ਹਾਨੀਕਾਰਕ ਅਸਰ ਜਿਹੜਾ ਹੈਗਾ ਉਹਨੂੰ ਦੇਖਣ ਨੂੰ ਮਿਲਦਾ ਹੈ। ਇਸ ਸਮੇਂ ਕੀ ਡਿਜ਼ਾਈਨਿੰਗ ਦੇਣ ਦੀ ਲੋੜ ਹੋਏਗੀ ਤਾਂ ਕਿ ਉਹਨਾਂ ਦੀ ਜਿਹੜੀ ਸੁਰੱਖਿਅਤਾ ਦਾ ਜਿਹੜਾ ਪੁਆਇੰਟ ਹੈਗਾ ਉਹ ਵੀ ਅਸੀਂ ਰੱਖੀਏ? ਬਿਲਕੁਲ, ਬਹੁਤ ਅੱਛਾ। ਉਹਦੇ ਵਾਸਤੇ ਜਿਸ ਤਰ੍ਹਾਂ ਤੁਸੀਂ ਖੁਦ ਹੀ ਕਿਹਾ ਕਿ ਜਿਹੜਾ ਵੀ ਇੰਡਸਟਰੀਅਲ ਯੂਨਿਟ ਆ ਉਹਦੇ ਵਿੱਚ ਪ੍ਰੋਪਰ ਲਾਈਟਿੰਗ ਆਉਣੀ ਚਾਹੀਦੀ ਹੈ, ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨੀਆਂ ਮੈਕਸੀਮਮ ਖਿੜਕੀਆਂ ਜਿਹੜੀਆਂ ਨੌਰਥ ਸਾਈਡ ਆਪਣੇ ਅਸੀਂ ਇੰਡਸਟਰੀਅਲ ਸ਼ੈੱਡ ਦੇ ਵਿੱਚ ਉਹ ਦੇ ਸਕੀਏ ਤਾਂ ਕਿ ਪ੍ਰੋਪਰ ਜਿਹੜੀ ਲਾਈਟਿੰਗ ਆਵੇ। ਵੈਂਟੀਲੇਸ਼ਨ ਦੇ ਵਾਸਤੇ ਉਹਦੇ ਪੂਰੇ ਐਗਜ਼ੌਸਟ ਫੈਨਸ ਔਰ ਸਾਰਾ ਅਰੇਂਜਮੈਂਟ ਹੋਣਾ ਚਾਹੀਦਾ ਤਾਂ ਕਿ ਜਿਹੜੀ ਗਰਮ ਹਵਾ ਅੰਦਰੋਂ ਪਲਿਊਟਡ ਹਵਾ ਉਹ ਰੈਗੂਲਰ ਬਾਹਰ ਨਿਕਲਦੀ ਰਹੇ। ਔਰ ਬਹੁਤ ਸਾਰੇ ਕੇਸਿਸ ਦੇ ਵਿੱਚ ਜਿਸ ਤਰ੍ਹਾਂ ਅੱਗ ਲੱਗਣ ਦਾ ਖਤਰਾ ਹੁੰਦਾ ਉਹਦੇ ਵਿੱਚ ਫਾਇਰ ਫਾਈਟਿੰਗ ਅੱਗ ਬੁਝਾਊ ਯੰਤਰ ਜਿੰਨੇ ਵੀ ਆ ਉਹ ਡਿਜ਼ਾਈਨ ਦਾ ਇੱਕ ਮੁੱਖ ਪਾਰਟ ਹੈਗਾ। ਔਰ ਜਦੋਂ ਵੀ ਤੁਸੀਂ ਇੰਡਸਟਰੀਅਲ ਲਗਾਉਣੀ ਹੈ ਤਾਂ ਫਾਇਰ ਡਿਪਾਰਟਮੈਂਟ ਤੋਂ ਅਪਰੂਵਲ ਜਿਹੜੀ ਲੈਣੀ ਹੈ। ਇਹ ਦੇਖੋ ਬੜਾ ਅੱਛਾ ਬਿਊਟੀਫੁਲ ਇੱਕ ਯੂਨਿਟ ਜਿਹੜਾ ਹੈ ਉਹ ਪਲਾਨ ਕੀਤਾ ਗਿਆ, ਉਹਦੇ ਵਿੱਚ ਸਾਰਾ ਲਗਭਗ ਦੇਖੋ ਕਿੰਨੀ ਲਾਈਟਿੰਗ ਦਾ ਔਰ ਸਾਰੀ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਔਰ ਬੜਾ ਅੱਛਾ ਉਹਨੂੰ ਮਤਲਬ ਛੱਤ ਤੋਂ ਵੀ ਲਾਈਟਿੰਗ ਦਿੱਤੀ ਗਈ ਹੈ, ਸਾਈਡਾਂ ਤੋਂ ਵੀ ਦਿੱਤੀ ਗਈ ਹੈ ਔਰ ਦੇਖੋ ਕਿੰਨਾ ਖੂਬਸੂਰਤ ਲੱਗ ਰਿਹਾ ਅਤੇ ਵਰਕਰ ਜਿਹੜਾ ਉਹ 'ਚ ਕੰਮ ਕਰੇਗਾ ਉਹਨੂੰ ਵੀ ਅੱਛਾ ਲੱਗੇਗਾ ਔਰ ਵੈਸੇ ਵੀ ਜ਼ਰੂਰਤ ਵੀ ਹੈ। ਅਤੇ ਫਾਇਰ ਫਾਈਟਿੰਗ ਡਿਪਾਰਟਮੈਂਟ ਜਿਹੜਾ ਹੈ ਇਸਦੀ ਵੀ ਇਸ ਕਰਕੇ ਅਪਰੂਵਲ ਉਸਦੀ ਵੀ ਬਹੁਤ ਜ਼ਰੂਰੀ ਹੈ, ਉਹਦੀ ਵੀ ਲੈਣੀ ਪਏਗੀ ਤੁਹਾਨੂੰ, ਕਿਉਂਕਿ ਜਦੋਂ ਵੀ ਮੰਨ ਲਓ ਕੋਈ ਫਾਇਰ ਦੀ ਪ੍ਰੋਬਲਮ ਆਉਂਦੀ ਆ ਅਤੇ ਸਭ ਤੋਂ ਵੱਧ ਇਫੈਕਟ ਕੌਣ ਹੋਏਗਾ? ਵਰਕਰ ਜਿਹੜੇ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਕੰਮ ਕਰ ਰਹੇ ਹੁੰਦੇ ਨੇ ਔਰ ਉਹਦੇ ਵਾਸਤੇ ਤੁਹਾਨੂੰ ਉਹ ਪਹਿਲਾਂ ਸਾਰਾ ਡਿਜ਼ਾਈਨ ਰੱਖਣਾ ਚਾਹੀਦਾ ਕਿ ਐਮਰਜੈਂਸੀ ਵਾਸਤੇ ਉਹਨਾਂ ਦੇ ਐਗਜ਼ਿਟ ਪੁਆਇੰਟਸ ਬਾਹਰ ਨਿਕਲਣ ਲਈ ਐਮਰਜੈਂਸੀ ਰਸਤੇ ਫਾਇਰ ਦੇ ਜਿਹੜੇ ਜਗ੍ਹਾ ਜਗ੍ਹਾ ਦੇ ਉੱਤੇ ਉਹਦੀ ਪ੍ਰੋਵੀਜ਼ਨ ਚਾਹੇ ਅੰਦਰ ਸਪ੍ਰਿੰਕਲਰ ਸਿਸਟਮ ਲਗਾਉਣਾ, ਪਾਣੀ ਦਾ ਅਰੇਂਜਮੈਂਟ ਦਾ ਪਹਿਲੋਂ ਅਰੇਂਜਮੈਂਟ ਹੋਣਾ ਚਾਹੀਦਾ ਸਾਰਾ। ਔਰ ਉਸ ਤੋਂ ਇਲਾਵਾ ਫਾਇਰ ਐਕਸਟਿੰਗੁਇਸ਼ਰ ਜਿਸ ਤਰ੍ਹਾਂ ਮਤਲਬ ਹੁੰਦੇ ਨੇ, ਇਹ ਦੇਖੋ ਜਿਸ ਤਰ੍ਹਾਂ ਇੱਕ ਇੰਡਸਟਰੀ ਆ, ਇੰਡਸਟਰੀ ਦੇ ਵਿੱਚ ਤੁਸੀਂ ਦੇਖਿਆ ਕਿ ਸ਼ੈੱਡ ਦੇ ਬਾਹਰ ਪ੍ਰੋਪਰ ਰੋਡਵਰਕ ਨੈੱਟਵਰਕ ਬਣਿਆ ਕਿ ਕੱਲ੍ਹ ਨੂੰ ਕਿਸੇ ਵੀ ਐਮਰਜੈਂਸੀ ਦੇ ਵਿੱਚ ਚਾਰੋਂ ਤਰਫ ਇਹਦੀ ਮੂਵਮੈਂਟ ਜਿਹੜੀ ਆ ਉਹ ਪੋਸੀਬਲ ਹੈ। ਔਰ ਆਮ ਤੌਰ 'ਤੇ ਅਸੀਂ ਇਹ ਦੇਖਿਆ ਕਿ ਜਿਹੜੇ ਸ਼ੈੱਡਸ ਕਈ ਵਾਰੀ ਬਣਦੇ ਨੇ ਉਹ ਪੂਰੇ ਦੁਆਰ ਦੇ ਐਂਡ ਟੂ ਐਂਡ ਜੋੜ ਕੇ ਬਣਾ ਲੈਂਦੇ ਨੇ ਔਰ ਐਮਰਜੈਂਸੀ ਵੇਲੇ ਉੱਥੇ ਜਦੋਂ ਕਿਤੇ ਅੰਦਰ ਜਾਣਾ ਨਾ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਜਾ ਸਕਦੀ ਹੈ ਨਾ ਤੁਸੀਂ ਕੋਈ ਹੋਰ ਵਹੀਕਲ ਐਮਰਜੈਂਸੀ ਲਿਜਾ ਸਕਦੇ ਹੋ। ਇਹ ਚੀਜ਼ਾਂ ਸਾਰੀਆਂ ਡਿਜ਼ਾਈਨ ਦਾ ਪਾਰਟ ਨੇ। ਜਦੋਂ ਤੁਸੀਂ ਇੰਡਸਟਰੀਅਲ ਸ਼ੈੱਡ ਜਾਂ ਸਨਅਤੀ ਇਮਾਰਤ ਬਣਾਉਣੀ ਹੈ ਉਹਦੇ ਚਾਰੋਂ ਪਾਸੇ ਮੂਵਮੈਂਟ ਵਾਸਤੇ ਜਗ੍ਹਾ ਜਿਹੜੀ ਹੈ ਜ਼ਰੂਰ ਛੱਡਣੀ ਚਾਹੀਦੀ ਹੈ। ਜਿਸ ਤਰ੍ਹਾਂ ਇਹ ਦੇਖੋ ਇਹ ਵੀ ਇੱਕ ਬੜਾ ਅੱਜ ਇੰਪੋਰਟੈਂਟ ਪਾਰਟ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਦੋਂ ਤੁਸੀਂ ਮੈਂ ਦੱਸਿਆ ਸੀ ਬਿਊਟੀਫਿਕੇਸ਼ਨ ਅਸਥੈਟਿਕ ਜਿਹੜਾ ਪਾਰਟ ਆ ਅਸਥੈਟਿਕ ਪਾਰਟ ਇੰਡਸਟਰੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਯੂਨਿਟ ਲਾਤਾ ਅਤੇ ਆਪਣੀ ਪ੍ਰੋਡਕਸ਼ਨ ਸ਼ੁਰੂ ਕਰਤੀ ਅਤੇ ਤੁਸੀਂ ਆਪਣਾ ਫਾਈਨੈਂਸ਼ੀਅਲ ਦੇਖਿਆ ਕਿ ਠੀਕ ਹੈ ਪੈਸੇ ਆਉਣੇ ਸ਼ੁਰੂ ਹੋ ਗਏ, ਨਹੀਂ ਐਸਾ ਨਹੀਂ। ਇੱਕ ਮੋਰਲ ਡਿਊਟੀ ਬਣਦੀ ਹੈ ਜਿਹੜਾ ਵੀ ਬੰਦਾ ਸਨਅਤੀ ਇਮਾਰਤ ਬਣਾਉਂਦਾ ਜਾਂ ਸਨਅਤ ਲਾਉਂਦਾ ਉਹਨੂੰ ਇਹ ਦੇਖਣਾ ਚਾਹੀਦਾ ਕਿ ਜਿਹੜੇ ਉਹਦੇ ਕੋ ਵਰਕਰਸ ਨੇ ਉਹ ਜਿੰਨੇ ਵੀ ਕੰਮ ਕਰਦੇ ਨੇ ਚਾਹੇ ਉਹ ਸਕਿਲਡ ਨੇ ਅਨਸਕਿਲਡ ਨੇ ਜਿੰਨੇ ਵੀ ਲੋਕ ਉੱਥੇ ਕੰਮ ਕਰਦੇ ਨੇ ਉਹਨਾਂ ਨੂੰ ਇੱਕ ਅੱਛੀ ਇਨਵਾਇਰਮੈਂਟ ਬਾਹਰ ਉਹਦੀ ਪਲਾਂਟੇਸ਼ਨ ਹੋ ਗਈ ਸਾਰਾ ਇਹ ਸਾਰਾ ਡਿਜ਼ਾਈਨ ਦਾ ਪਾਰਟ ਆ। ਔਰ ਓਵਰਆਲ ਤੁਹਾਡੀ ਜਿਹੜੀ ਸਨਅਤੀ ਇਮਾਰਤ ਆ ਉਹਨੂੰ ਬਿਊਟੀਫਾਈ ਕਰਨ ਦਾ ਇਹ ਸਿਰਫ ਇਹ ਨਾ ਸੋਚੋ ਕਿ ਇਹ ਤੁਹਾਨੂੰ ਅੱਛਾ ਲੱਗਦਾ ਜੇ ਇਹ ਤੁਹਾਡੇ ਵਰਕਰ ਦੀ ਐਫੀਸ਼ੀਐਂਸੀ ਨੂੰ ਵਧਾਉਂਦਾ ਚਾਹੇ ਉਹਦੀਆਂ ਵਰਕਿੰਗ ਕੰਡੀਸ਼ਨਸ ਨੇ ਚਾਹੇ ਉਹ ਜਿੱਥੇ ਬੈਠ ਕੇ ਕੰਮ ਕਰਦਾ ਉਹ ਸਾਰਾ ਕੁਝ ਤੁਹਾਡੇ ਇੱਕ ਵਰਕਰ ਦੀ ਐਫੀਸ਼ੀਐਂਸੀ ਵਧਾਏਗਾ ਉਹਨੂੰ ਉੱਥੇ ਉਹਦਾ ਮਨ ਲੱਗੇਗਾ ਕੰਮ ਦੇ ਵਿੱਚ। ਮੇਰੇ ਵਰਗਾ ਇੱਕ ਨਾ ਵਿਦਿਆਰਥੀ ਸੀਗਾ ਤੇ ਉਹਨੂੰ ਨਾ ਅਧਿਆਪਕ ਨੇ ਪੁੱਛਿਆ ਕਹਿੰਦਾ ਵੀ ਤਾਜ ਮਹਿਲ ਕਿੰਨੇ ਬਣਾਇਆ ਤੇ ਉਹ ਕਹਿੰਦਾ ਜੀ ਮਿਸਤਰੀਆਂ ਨੇ। ਸੋ ਦੇਖੋ ਆਰਕੀਟੈਕਟ ਇੰਜੀਨੀਅਰ ਮਿਸਤਰੀ ਹੈ ਨਾ ਜੀ ਇਹ ਇਹਦੇ ਜਿਹੜਾ ਡਿਜ਼ਾਈਨ ਦੀ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦੇ ਵਿੱਚ ਵੀ ਮਾਹਰਾਂ ਦੀ ਲੋੜ ਪੈਂਦੀ ਹੈ। ਬਿਲਕੁਲ ਮਾਹਰਾਂ ਦੀ ਲੋੜ ਪੈਂਦੀ ਹੈ। ਜਿਹੜੇ ਸਨਅਤੀ ਇਮਾਰਤਾਂ ਡਿਜ਼ਾਈਨ ਕਰਦੇ ਨੇ ਜਿਹੜੇ ਵੀ ਇੰਜੀਨੀਅਰਸ ਆਰਕੀਟੈਕਟਸ ਨੇ
ਉਹ ਕੁਛ ਲੋਕਾਂ ਦੀ ਇਹਦੇ ਵਿੱਚ ਸਪੈਸ਼ਲਾਈਜੇਸ਼ਨ ਹੁੰਦੀ ਹੈ ਜੀ, ਔਰ ਉਹ ਉਹਨਾਂ ਕੋਲ ਤੁਸੀਂ ਜਿੱਥੇ ਤੁਸੀਂ ਇੰਨੇ ਕਰੋੜਾਂ ਰੁਪਏ ਲਗਾ ਕੇ ਆਪਣੀ ਸਨਅਤ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਉੱਥੇ ਜਿਹੜਾ ਬੇਸਿਕ ਚੀਜ਼ਾਂ ਨੇ ਡਿਜ਼ਾਈਨ ਪਾਰਟ, ਇਹਦੇ 'ਤੇ ਜ਼ਰੂਰ ਧਿਆਨ ਦਿਓ, ਇਹਦੇ 'ਤੇ ਤੁਸੀਂ ਆਪਣਾ ਪੂਰਾ ਟਾਈਮ ਲਗਾਓ, ਕਿਉਂਕਿ ਉਸ ਤੋਂ ਬਾਅਦ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਕਿ ਲਾਈਟਿੰਗ ਆ ਗਈ, ਉਹਦੀਆਂ ਫਾਇਰ ਸੇਫਟੀ ਆ ਗਈਆਂ, ਇਕੁਇਪਮੈਂਟਸ ਆ ਗਏ, ਉਸ ਤੋਂ ਬਾਅਦ ਵਰਕਰਸ ਨੇ ਜਦੋਂ ਕੰਮ ਕਰਨਾ ਤੇ ਵਰਕਰਸ ਨੂੰ ਤੁਸੀਂ ਟਾਈਮ ਦਿੰਦੇ ਹੋ ਦੁਪਹਿਰ ਨੂੰ ਆਪਣਾ ਖਾਣਾ ਖਾਣ ਦਾ, ਜਿਹਨੂੰ ਅਸੀਂ ਆਫ ਬ੍ਰੇਕ ਕਹਿੰਦੇ, ਲੰਚ ਬ੍ਰੇਕ ਕਹਿਤੀ। ਆਮ ਤੌਰ 'ਤੇ ਮੈਂ ਦੇਖਿਆ ਕਿ ਵਰਕਰਸ ਜਿਹੜੇ ਨੇ ਉਹ ਜਦੋਂ ਖਤਮ ਹੁੰਦਾ ਤੇ ਉਹ ਸ਼ੈੱਡ ਦੇ ਬਾਹਰ ਆ ਕੇ ਕੋਈ ਦੀਵਾਰ ਦੇ ਨਾਲ ਉੱਥੇ ਬੈਠੇ ਹੁੰਦੇ, ਚਾਰ ਜਣੇ ਵਿਚਾਰੇ ਆਪਣਾ ਖਾਣਾ ਡੱਬੇ ਖੋਲ੍ਹ ਕੇ ਉੱਥੇ ਖਾ ਰਹੇ ਹੁੰਦੇ ਨੇ। ਇਹ ਠੀਕ ਨਹੀਂ ਹੈ। ਉਹਦਾ ਕਾਰਨ ਕੀ ਹੈ ਕਿ ਅਸੀਂ ਇਸ ਚੀਜ਼ ਨੂੰ ਮਹੱਤਤਾ ਹੀ ਨਹੀਂ ਦਿੰਦੇ ਕਿ ਸਾਡੇ ਵਰਕਰਸ ਨੇ, ਇਹਨਾਂ ਨੇ ਜਦੋਂ ਮਤਲਬ ਲੰਚ ਟਾਈਮ 'ਤੇ ਖਾਣਾ ਖਾਣਾ, ਆਪਣਾ ਰੈਸਟ ਕਰਨੀ ਥੋੜ੍ਹੀ ਦੇਰ ਲਈ, ਤਾਂ ਉਹਨਾਂ ਵਾਸਤੇ ਇੱਕ ਥੋੜ੍ਹੀ ਅੱਛੀ ਜਗ੍ਹਾ ਬਣਾ ਦਿੱਤੀ ਜਾਏ ਜਿੱਥੇ ਉਹ ਬੈਠ ਕੇ ਆਪਣਾ ਖਾਣਾ ਖਾ ਸਕਣ। ਇਹ ਸਾਰੀਆਂ ਚੀਜ਼ਾਂ ਡਿਜ਼ਾਈਨ 'ਚ ਆਉਣੀਆਂ ਚਾਹੀਦੀਆਂ ਨੇ ਸ਼ੁਰੂ 'ਚ। ਇਹ ਸ਼ੁਰੂ 'ਚ ਚੀਜ਼ਾਂ, ਇਹ ਵੀ ਇੱਕ ਬੜਾ ਮਹੱਤਵਪੂਰਨ ਪਾਰਟ ਆ, ਜਿਹਨਾਂ ਲੋਕਾਂ ਨੇ ਤੁਹਾਡੇ ਵਾਸਤੇ ਮਿਹਨਤ ਕਰਨੀ ਹੈ, ਕੰਮ ਕਰਨਾ, ਇਹ ਸਾਰਾ ਬਹੁਤ ਮਹੱਤਵਪੂਰਨ ਪਾਰਟ ਆ। ਉਸਦੀ ਫੈਕਟਰੀ ਦੀ, ਫਿਰ ਉਸ ਤੋਂ ਬਾਅਦ ਜਿਹੜੇ ਡਿਸਪੋਜ਼ਲਸ ਨੇ, ਸੀਵਰੇਜ ਆ, ਉਹ ਸਾਰੇ ਨੋਰਮ ਦੇ ਹਿਸਾਬ ਨਾਲ, ਕਿ ਇਹ ਨਾ ਕਿ ਕੈਮੀਕਲ ਜਿਹੜੇ ਤੁਹਾਡੇ ਮੰਨ ਲਓ ਬਾਹਰ ਨਿਕਲਦੇ ਨੇ ਉਹ ਤੁਹਾਡੇ ਸੀਵਰੇਜ 'ਚ ਨਾ ਮਿਕਸ ਹੋਣ, ਉਹਦਾ ਅਲੱਗ ਜਿਹੜਾ ਹੈ ਸਿਸਟਮ ਬਣੇ। ਇਸ ਚੀਜ਼ ਦਾ ਸਾਰਾ ਬਹੁਤ ਧਿਆਨ ਰੱਖਣਾ ਚਾਹੀਦਾ, ਔਰ ਇਹ ਸਾਰੀਆਂ ਚੀਜ਼ਾਂ ਨੂੰ ਜੇ ਤੁਸੀਂ ਇੰਡਸਟਰੀ ਦੇ ਵਿੱਚ ਆਪਣੀ ਸਨਅਤ ਦੇ ਵਿੱਚ ਸ਼ੁਰੂ ਤੋਂ ਹੀ ਸੋਚ ਕੇ ਸਾਰਾ ਕੁਝ ਕਰੋਗੇ ਤੇ ਸਨਅਤ ਜਿਹੜੀ ਤੁਹਾਡੀ ਪੀਪਲ ਫਰੈਂਡਲੀ ਵੀ ਰਹੇਗੀ ਤੇ ਉਹ ਪੋਲਿਊਸ਼ਨ ਵੀ ਨਹੀਂ ਕਰੇਗੀ, ਔਰ ਤੁਹਾਡੇ ਵਰਕਰਸ ਦਾ ਵੀ ਅੱਛਾ ਲੱਗੇਗਾ, ਤੁਹਾਨੂੰ ਵੀ ਅੱਛਾ ਲੱਗੇਗਾ, ਇਕੋ ਫਰੈਂਡਲੀ ਵੀ ਰਹੇਗੀ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ ਜਾਣਕਾਰੀ ਦੀ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।